ਭਾਰਤ ਦੇ ਜੋ ਵਿਭਾਗ ਸਨ ਉਹਨਾਂ ਨਾਲ ਵਟਾਰਾ ਜੋ ਕਰ ਦਿੱਤਾ ਗਿਆ ਹੈ ਤੱਕ ਸੀਐਮ ਚੰਨੀ ਦੇ ਵੱਲੋਂ ਜੋ ਨਵੀਂ ਕੈਬਨਿਟ ਦਾ ਵਿਸਤਾਰ ਕੀਤਾ ਗਿਆ ਸੀ ਹੁਣ ਵੱਖੋ-ਵੱਖ ਮੰਤਰੀਆਂ ਨੂੰ ਵੱਖੋ-ਵੱਖ ਵਿਭਾਗ ਦੇ ਦਿੱਤੇ ਗਏ ਨੇ ਜਿਸ ਦੇ ਵੀ ਸਭ ਤੋਂ ਅਹਿਮ ਗੱਲ ਸੁਖਜਿੰਦਰ ਸਿੰਘ ਰੰਧਾਵਾ ਦੀ ਕਿ ਜੋ ਡਿਪਟੀ ਸੀਐਮ ਨੇ ਉਹ ਲਗਾਤਾਰ ਜੋ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਗ੍ਰਹਿ ਵਿਭਾਗ ਤਾਂ ਜਾਵੇ ਤਾਂ ਡਿਪਟੀ ਸੀਐਮ ਨੂੰ ਸੁਖਚੇਂਦਰ ਸਿੰਘ ਰੰਧਾਵਾ ਉਹਨਾਂ ਨੂੰ ਗ੍ਰਹਿ ਵਿਭਾਗ ਦਿੱਤਾ ਦੇ ਦਿੱਤਾ ਗਿਆ ਉੱਥੇ ਹੀ ਬਾਕੀ ਮੰਤਰੀ ਜਿਸ ਤਰ੍ਹਾਂ ਕੀ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਟਰਾਂਸਪੋਰਟ ਵਿਭਾਗ ਦੇ ਦਿੱਤਾ ਗਿਆ ਜੇਕਰ ਵਿਜੇਂਦਰ ਸਿੰਘਲਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਬਲਿਕ ਵਰਕਸ ਵਿਭਾਗ ਦਿੱਤਾ ਗਿਆ ਉੱਥੇ ਹੀ ਮਨਪ੍ਰੀਤ ਬਾਦਲ ਨੂੰ ਵਿੱਤ ਮੰਤralay ਦਿੱਤਾ ਗਿਆ ਹੈ ਭਾਰਤ ਪੋਸ਼ਣ ਆਸ਼ੂ ਨੂੰ ਫੂਡ ਤੇ ਉਪਭੋਗਤਾ ਮਹਿਕਮਾ ਦੇ ਦਿੱਤਾ ਗਿਆ ਹੈ ਦੂਜੇ ਪਾਸੇ ਜੇਕਰ ਗੱਲ ਆਪਾਂ ਪੰਜਾਬ ਦੇ ਸੀਐਮ ਦੀ ਕਰੀਏ ਤਾਂ ਪੰਜਾਬ ਦੇ ਸੀਐਮ ਨੂੰ ਪਰਸੋਨਲ ਵਿਜੀਲੈਂਸ ਵਿਭਾਗ ਦਿੱਤਾ ਗਿਆ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੋਮ ਅਫੇਅਰਸ ਕਾਰਪੋਰੇਸ਼ਨ ਐਂਡ ਜੇਲਸ ਵਿਭਾਗ ਦੇ ਦਿੱਤਾ ਗਿਆ ਹੈ ਓਮ ਪ੍ਰਕਾਸ਼ ਸੋਨੀ ਜੋ ਕਿ ਡਿਪਟੀ ਸੀਐਮ ਨੇ ਉਹਨਾਂ ਨੂੰ ਹੈਲਥ ਤੇ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਦਿੱਤਾ ਗਿਆ। ਬਾਕੀ ਕੈਬਨਟ ਮੰਤਰੀਆਂ ਦੀ ਗੱਲ ਕਰੀਏ ਤਾਂ ਤ੍ਰਿਪਤਜਿੰਦਰ ਬਾਜਵਾ ਨੂੰ ਪਿੰਡੂ ਤੇ ਵਿਕਾਸ ਵਿਭਾਗ ਜੋ ਉਹਨਾਂ ਦੇ ਕੋਲ ਪਹਿਲਾਂ ਵੀ ਸੀ ਉਹੀ ਵਿਭਾਗ ਦੁਬਾਰਾ ਦਿੱਤਾ ਗਿਆ ਹੈ। ਮਾਨਪ੍ਰੀਤ ਬਾਦਲ ਨੂੰ ਵੀ ਉਹਨਾਂ ਦਾ ਪੁਰਾਣਾ ਵਿਭਾਗ ਹੀ ਦੁਬਾਰਾ ਦਿੱਤਾ ਹੈ। ਰਾਜਕੁਮਾਰ ਵੇਰਕਾ ਨੂੰ ਗੱਲ ਕਰੀਏ ਤਾਂ ਉਹਨਾਂ ਨੂੰ ਸਮਾਜਿਕ ਨਿਆਂ ਤੇ ਅਨੁਸੂਚਿਤ ਮਹਿਕਮਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਬ੍ਰਹਮਿੰਦਰਾ ਦੀ ਗੱਲ ਕਰੀਏ ਤਾਂ ਉਹਨਾਂ ਕੋ ਲੋਕਲ ਗਵਰਨਮੈਂਟ ਮਹਿਕਮਾ ਦਿੱਤਾ ਗਿਆ ਹੈ ਮਨਪ੍ਰੀਤ ਬਾਦਲ ਕੋ ਫਾਈਨਾਂਸ ਦਾ ਮਹਿਕਮਾ ਤੇ ਰਿਪਰਜਿੰਦਰ ਬਾਜਵਾ ਕੋ ਪਿੰਡੂ ਤੇ ਵਿਕਾਸ ਪੰਚਾਇਤ ਵਿਭਾਗ ਅਰੁਣਾ ਚਾਦਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਡਿਜਾਸਟਰ ਮੈਨੇਜਮੈਂਟ ਸੁਖਬਿੰਦਰ ਸਿੰਘ ਸਰਕਾਰੀਆ ਦੇ ਕੋਲ ਵਾਟਰ ਰਿਸੋਰਸਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਰਾਣਾ ਗੁਰਜੀਤ ਦੇ ਕੋਲ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟ੍ਰੇਨਿੰਗ ਦਾ ਵਿਭਾਗ ਦਿੱਤਾ ਗਿਆ ਹੈ ਰਜ਼ੀਆ ਸੁਲਤਾਨਾ ਨੂੰ ਵਾਟਰ ਸਪਲਾਈ ਸੈਨੀਟੇਸ਼ਨ ਤੇ ਵੂ ਸੋਸ਼ਲ ਸਿਕਿਉਰਿਟੀ ਊਮਨ ਐਂਡ ਚਾਈਲਡ ਡਿਪਾਰਟਮੈਂਟ ਦਿੱਤਾ ਗਿਆ ਹੈ ਵਿਜੇਂਦਰ ਸਿੰਘਲਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਬਲਿਕ ਵਰਕਸ ਐਡਮਿਨਿਸਟ੍ਰੇਟਿਵ ਦਿੱਤਾ ਗਿਆ ਹੈ ਭਾਰਤ ਪੂਸ਼ਣ ਆਸ਼ੂ ਦੇ ਕੋਲ ਫੂਡ ਤੇ ਸਿਵਲ ਸਪਲਾਈਜ਼ ਦਾ ਵਿਭਾਗ ਦਿੱਤਾ ਗਿਆ ਹੈ ਰਾਣਾ ਰਣਦੀਪ ਸਿੰਘ ਨਾਬਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਖੇਤੀ ਤੇ ਐਗਰੀਕਲਚਰ ਵੈਲਫੇਅਰ ਤੇ ਫੂਡ ਪ੍ਰੋਸੈਸਿੰਗ ਵਿਭਾਗ ਹੈ ਰਾਜਕੁਮਾਰ ਵੇਰਕਾ ਦੇ ਕੋਲ ਸੋਸ਼ਲ ਜਸਟਿਸ ਵਿਭਾਗ ਹੈ ਸੰਗਤ ਸਿੰਘ ਗਿਲਜੀਆ ਦੇ ਕੋਲ ਫੋਰੈਸਟ ਤੇ ਵਾਈਲਡਲਾਈਫ ਲੇਬਰ ਵਿਭਾਗ ਦਿੱਤਾ ਗਿਆ ਇਹ ਉਹ ਵਿਭਾਗ ਹੈ ਜਿਹੜਾ ਪਹਿਲਾਂ ਸਾਧੂ ਸਿੰਘ ਧਰਮਸੋਤ ਹੋਰਾਂ ਦੇ ਕੋਲ ਸੀ ਸਭ ਤੋਂ ਖਾਸ ਗੱਲ ਕੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਪ੍ਰਗਟ ਸਿੰਘ ਜੋ ਲਗਾਤਾਰ ਖੇਡ ਵਿਭਾਗ ਦੀ ਮੰਗ ਕਰ ਰਹੇ ਸਨ ਤਾਂ ਉਹਨਾਂ ਨੂੰ ਸਕੂਲ ਐਜੂਕੇਸ਼ਨ ਹਾਇਰ ਐਜੂਕੇਸ਼ਨ ਸਪੋਰਟਸ ਐਂਡ ਯੂਥ ਸਰਵਿਸਿਜ਼ ਤੇ ਐਨਆਰਆਈ ਅਫੇਅਰ ਦਿੱਤਾ ਗਿਆ ਰਾਜਾ ਵੜਿੰਗ ਜੋ ਲਗਾਤਾਰ ਬਾਦਲਾਂ ਦੀਆਂ ਬੱਸਾਂ ਦਾ ਜ਼ਿਕਰ ਕਰਦੇ ਰਹਿੰਦੇ ਨੇ ਉਹਨਾਂ ਨੂੰ ਵੀ ਟਰਾਂਸਪੋਰਟ ਵਿਭਾਗ ਦਿੱਤਾ ਗਿਆ ਹੈ ਤਾਂ ਗੁਰਕੀਰਤ ਸਿੰਘ ਕੋਟਲੀ ਦੇ ਕੋਲ ਇੰਡਸਟਰੀਜ਼ ਐਂਡ ਕਮਰਸ ਇਨਫੋਰਮੇਸ਼ਨ ਟੈਕਨੋਲੋਜੀ ਤੇ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦਿੱਤਾ ਗਿਆ ਹੈ ਤਾਂ ਇਹ ਉਹ ਸੂਚੀ ਹੈ ਜੋ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਹੀ ਹੈ ਜਿਸ ਦੇ ਵਿੱਚ ਹਰ ਇੱਕ ਮੰਤਰੀ ਨੂੰ ਉਹਨਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਰਾਜਾ ਵੜਿੰਗ ਦੇ ਕੋਲ ਟਰਾਂਸਪੋਰਟ ਵਿਭਾਗ ਹੈ ਸੰਗਤ ਸੰਗਤ ਸਿੰਘ ਗਲਜੀਆ ਦੇ ਕੋਲ ਵਣ ਤੇ ਜੰਗਲਾਤ ਵਿਭਾਗ ਦਿੱਤਾ ਗਿਆ ਹੈ ਗੁਰਕੀਰਤ ਸਿੰਘ ਕੋਟਲੀ ਨੂੰ ਇੰਡਸਟਰੀਜ਼ ਤੇ ਕਮਰਸ ਦਾ ਵਿਭਾਗ ਦਿੱਤਾ ਗਿਆ ਹੈ ਰਾਜਕੁਮਾਰ ਵੇਰਕਾ ਦੇ ਕੋਲ ਸਮਾਜਿਕ ਨਿਆਂ ਤੇ ਅਨੁਸੂਚਿਤ ਵਿਭਾਗ ਹੈ ਰਨਦੀਪ ਸਿੰਘ ਨਾਬਾ ਦੇ ਕੋਲ ਐਗਰੀਕਲਚਰ ਤੇ ਫਾਰਮਰ ਵੈਲਫੇਅਰ ਤੇ ਫੂਡ ਪ੍ਰੋਸੈਸਿੰਗ ਦਾ ਵਿਭਾਗ ਦਿੱਤਾ ਗਿਆ ਹੈ ਭਾਰਤ ਪੋਸ਼ਣ ਆਸ਼ੂ ਦੇ ਕੋਲ ਫੂਡ ਤੇ ਉਪਭੋਗਤਾ ਦਾ ਵਿਭਾਗ ਹੈ ਰਜ਼ੀਆ ਸੁਲਤਾਨਾ ਨੂੰ ਵਾਟਰ ਸਪਲਾਈ ਤੇ ਮਹਿਲਾ ਤੇ ਬਾਲ ਵਿਭਾਗ ਦਾ ਮਹਿਕਮਾ ਦਿੱਤਾ ਗਿਆ ਉੱਥੇ ਹੀ ਜੇਕਰ ਗੱਲ ਆਪਾਂ ਹੋਰ ਮੰਤਰੀਆਂ ਦੀ ਕਰੀਏ ਰਾਣਾ ਗੁਰਜੀਤ ਨੂੰ ਜੋ ਹੈ ਤਕਨੀਕੀ ਸਿੱਖਿਆ ਤੇ ਰੁਜ਼ਗਾਰ ਦਾ ਵਿਭਾਗ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਹੋਰ ਮੰਤਰੀਆਂ ਦੀ ਤਰਪਜਿੰਦਰ ਬਾਜਪਾ ਦੇ ਕੋਲ ਜੋ ਪਹਿਲਾਂ ਵਾਲਾ ਵਿਭਾਗ ਹੈ ਯਾਨੀ ਕਿ ਪਿੰਡੂ ਤੇ ਵਿਕਾਸ ਵਿਭਾਗ ਹੈ ਤੇ ਸੀਐਮ ਚੰਨੀ ਦੇ ਕੋਲ ਵਿਜੀਲੈਂਸ ਵਿਭਾਗ ਹੈ ਡਿਪਟੀ ਸੀਐਮ ਜੋ ਦੋ ਬਣਾਏ ਹੋਏ ਨੇ ਉਹਨਾਂ ਦੇ ਵਿੱਚੋਂ ਜੋ ਸੁਖਜਿੰਦਰ ਰੰਧਾਵਾ ਨੇ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਇਸ ਤੋਂ ਇਲਾਵਾ ਓਪੀ ਸੋਨੀ ਦੇ ਕੋਲ ਜੋ ਹੈ ਜਿਹੜਾ ਵਿਭਾਗ ਦਿੱਤਾ ਗਿਆ ਉਸ ਦੇ ਵਿੱਚ ਹੈਲਥ ਤੇ ਫੈਮਲੀ ਵੈਲਫੇਅਰ ਤੇ ਡਿਫੈਂਸ ਦਾ ਜ਼ਿਕਰ ਕੀਤਾ ਗਿਆ ਕਾਕਾ ਰਣਜੀਪ ਨੂ ਜੋ ਹੈ ਫੂਡ ਤੇ ਖੇਤੀਬਾੜੀ ਵਿਭਾਗ ਮਹਿਕਮਾ ਦਿੱਤਾ ਗਿਆ ਇਹ ਉਹ ਸੂਚੀ ਜਿਹੜੀ ਅਸੀਂ ਤੁਹਾਨੂੰ ਲਗਾਤਾਰ ਡਿਸਪਲੇ ਕਰ ਰਹੇ ਹਾਂ ਦੱਸ ਵੀ ਰਹੇ ਹਾਂ ਕਿ ਇਹ ਉਹ ਮੰਤਰੀ ਨੇ ਜਿਨ੍ਹਾਂ ਨੂੰ ਵੱਖ-ਵੱਖ ਵਿਭਾਗ ਦਿੱਤੇ ਗਏ ਨੇ ਕਿਉਂਕਿ ਹੁਣ ਮਹਿਜ ਸਮਾਂ ਤਾਂ ਸਿਰਫ 3 ਮਹੀਨੇ ਦਾ ਰਹਿ ਗਿਆ ਇਹਨਾਂ 3 ਮਹੀਨਿਆਂ ਦੇ ਵਿੱਚ ਹੁਣ ਇਹ ਕੈਬਨਿਟ ਮੰਤਰੀ ਆਪਣੇ ਆਪਣੇ ਵਿਭਾਗਾਂ ਦੇ ਵਿੱਚ ਕੀ ਕੂਚਕਾਰ ਗੁਜ਼ਾਰੀ ਕਰਦੇ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੇ ਵਾਅਦੇ ਪੂਰੇ ਕੀਤੇ ਸਨ 2017 ਦੇ ਵਿੱਚ ਉਹ ਵਾਅਦੇ ਪੂਰੇ ਹੁੰਦੇ ਨੇ ਜਨਈ ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ ਤੇ ਤੁਸੀਂ ਜੁੜੇ ਰਹੋ ਹਮਦਰ ਟੀਵੀ ਦੇ ਨਾਲ